ਮੋਰਨਿੰਗ ਟਾਈਮ ਚਾਹ ਗਈ ਆਪਣੀ। ਬੱਦਲ ਕਾਫੀ ਹੋਇਆ ਸਵੇਰ ਦਾ ਹੀ। ਹਾਂਜੀ, ਇਹ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਸੀ। ਕਾਫੀ ਟਾਈਮ ਦੇ ਤੁਹਾਡੇ ਕਮੈਂਟ ਆ ਰਹੇ ਸੀ ਸਾਡੀਆਂ ਭੈਣਾਂ ਦੇ, ਅਸੀਂ ਸੋਚਿਆ ਚਲੋ ਸਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਦਾ ਭਲਾ ਹੋਵੇ, ਚਲੋ ਹੋਰ ਕੀ ਚਾਹੀਦਾ, ਕਿਉਂਕਿ ਹਰ ਇੱਕ ਬੰਦਾ ਕਿੰਨਾ ਕਿ ਪਾਸਿਓਂ ਫਸਿਆ ਹੀ ਹੁੰਦਾ। ਚਲੋ ਪਰਮਾਤਮਾ ਭਲੀ ਕਰੇ ਸਭ ਦਾ, ਸਭ 'ਤੇ ਮਿਹਰ ਪ੍ਰਿਆਤ ਰੱਖੇ। ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ, ਠੀਕ ਜੇ। ਆਹ ਵੇਖੋ ਜੀ, ਆਹ ਉਹਨਾਂ ਦਾ ਕਾਰਡ ਆ ਅਤੇ ਨੰਬਰ ਵੀ ਲਿਖੇ ਹੋਏ ਆ, ਅਤੇ ਨੰਬਰ ਵੀ ਦਿੱਤੇ ਹੋਏ, ਅਡਰੈਸ ਵੀ ਪ੍ਰੋਪਰ ਦਿੱਤਾ ਹੋਇਆ, ਠੀਕ ਜੇ। ਅਤੇ ਤੁਸੀਂ ਫੋਨ ਲਾ ਕੇ ਗੱਲਬਾਤ ਵੀ ਕਰ ਸਕਦੇ ਜੇ, ਅਤੇ ਜਾ ਵੀ ਸਕਦੇ ਜੇ, ਬਟਾਲੇ 'ਚ ਪੈਂਦਾ ਹੋਸਪਿਟਲ ਹੈ। ਅਤੇ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਕਿ ਰਾਤ 9 ਵਜੇ ਤੋਂ ਪਹਿਲਾਂ ਅਤੇ ਸਵੇਰੇ 10 ਵਜੇ ਤੋਂ ਬਾਅਦ ਫੋਨ ਕਰਿਓ, ਠੀਕ ਜੇ। ਪਹੁੰਚ ਗਿਆ ਤਕਰੀਬਨ ਆਪਾਂ ਪਲਾਟ 'ਚ, ਮੈਂ ਕਿਹਾ ਪਾਣੀ ਪੂਣੀ ਵੇਖ ਲੈਂਦੇ ਉੱਪਰ, ਘਟਿਆ ਵਾ ਤਾਂ ਵੈਸੇ ਬਾਰਿਸ਼ਾਂ ਪੈਣੀਆਂ ਡੀਆਂ, ਰੋਜ਼ ਪੈ ਜਾਂਦੀ ਬਾਰਿਸ਼ ਸਵੇਰ ਦੇ ਸਵੇਰ ਟਾਈਮ। ਚਲੋ ਦੇਖ ਕੇ ਉਹਨੇ ਮਗਰੀ ਸਾਡ ਪੌੜੀ ਲੱਗੀ ਹੈ, ਰਿਵਿਊ ਆਇਆ ਨਾਲ ਉੱਤੇ ਚਾੜਿਆ, ਮੈਂ ਕਿਹਾ ਜਾ ਵੇਖ ਕੇ ਉੱਥੇ ਪਾਣੀ ਖਲੋਤਾ ਨਹੀਂ ਤੇ ਮੋਟਰ ਚਲਾ ਕੇ ਲਾ ਦਿੰਦੇ ਉੱਪਰ ਪਾਣੀ, ਖਲਾਰ ਦਿੰਦੇ ਥੋੜ੍ਹਾ ਬਹੁਤ ਪਾਣੀ। ਇਹਦੇ ਟੂਰਿਸਟ ਬੈਠੇ ਨੇ ਮਗਰ, ਛੱਡਣ ਜਾ ਰਹੇ ਅਸੀਂ ਘਰ, ਬਾਰਿਸ਼ ਪੈਣ ਡੀ ਵੇਖੋ ਕਾਫੀ, ਰੋਜ਼ ਹੀ ਸਵੇਰੇ ਮੋਰਨਿੰਗ ਟਾਈਮ ਪੈ ਜਾਂਦੀ ਬਾਰਿਸ਼ ਅਤੇ ਸ਼ਾਮ ਨੂੰ ਹਟ ਜਾਂਦੀ। ਪਹੁੰਚ ਗਏ ਆਪਾਂ ਘਰ, ਕੱਲ੍ਹ ਰਾਤ ਉੱਧਰ ਰੁਕੇ ਸੀ, ਹਨੇਰਾ ਹੋ ਗਿਆ ਕਾਫੀ, 11:30-12 ਵਜੇ ਪਹੁੰਚੇ ਸੀ ਘਰ, ਅਤੇ ਹੁਣ ਆਪਾਂ ਜਾ ਰਹੇ ਮੈਡੀਸਨ ਲੈਣ ਵਾਸਤੇ ਹੋਸਪਿਟਲ, ਅਤੇ ਮੈਂ ਤਾਂ ਰੈਡੀ ਹੋ ਗਿਆ, ਅਤੇ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ। ਮੈਡੀਸਿਨ ਖਤਮ ਹੋ ਗਈ ਤੇ ਹੁਣ ਅਸੀਂ ਸੋਚਿਆ ਕਿ ਲੈ ਆਨੇ ਆ। ਚਲੋ ਵੀ ਅੰਬਾਸਰ ਰੋਡ ਤੇ ਆ ਗਏ ਆਪਾਂ, ਗਾਂਧੀ ਚੌਂਕ ਪਹੁੰਚਣ ਵਾਲੇ ਆ, ਤੇ ਬੱਸ ਥਾਣੀ ਆਪਾਂ ਤਾਂ ਨਹੀਂ ਆਏ ਕਿਉਂਕਿ ਉਹਦੀ ਰਸ਼ ਬਹੁਤ ਜ਼ਿਆਦਾ ਸੀ, ਤੇ ਆਪਾਂ ਆਏ ਬਾਈਪਾਸ ਥਾਣੀ, ਗਾਂਧੀ ਰਸ਼ ਥੋੜ੍ਹਾ ਘੱਟ ਹੋਣ ਦੀ ਫਿਰ ਸਬਜ਼ੀ ਮੰਡੀ ਵੀ ਨਾਲ ਪੈਂਦੀ ਆ, ਅਤੇ ਉਹਦੇ ਚੱਕਰ 'ਚ ਫਿਰ ਨਾਲ ਰਸ਼ ਬਹੁਤ ਹੋ ਜਾਂਦਾ, ਨਾਲ ਹੀ ਬੱਸ ਸਟੈਂਡ ਵਾ, ਅਤੇ ਸੈਰ ਥਾਣੀ ਆਪਾਂ ਤਾਂ ਆਏ ਕਿਉਂਕਿ ਥੋੜ੍ਹਾ ਰਸ਼ ਟ੍ਰੈਫਿਕ ਘੱਟ ਹੋਊਗੀ, ਉੱਦਾਂ ਟ੍ਰੈਫਿਕ ਦੇ ਵਿੱਚ ਟਾਈਮ ਬੜਾ ਲੱਗ ਜਾਂਦਾ ਤੁਹਾਨੂੰ ਪਤਾ ਹੀ, ਟ੍ਰੈਫਿਕ ਨਾਲੇ ਵਾਧੀ ਬੜੀ ਗਈ ਬਾਬੇ ਦੇ ਮਿਹਰ ਨਾਲ। ਗਾਂਧੀ ਚੌਂਕ ਪਹੁੰਚ ਗਏ ਆਪਾਂ, ਪੁੱਲ ਚੜ੍ਹ ਗਏ ਹਾਂ, ਅਤੇ ਇਸ ਤੋਂ ਆਪਾਂ ਦੂਰ ਜਾਣਾ ਵਾ ਕੁਛ 2-2.5 ਕਿਲੋਮੀਟਰ ਪਹੁੰਚਣ ਵਾਲੇ ਹੋਸਪਿਟਲ, ਟ੍ਰੈਫਿਕ ਬਹੁਤ ਜ਼ਿਆਦਾ ਲੱਗੀਆਂ, ਬਹੁਤ ਜ਼ਿਆਦਾ ਲਾਈਨ ਸਿਰ ਪਾਰਕਿੰਗ ਬਣਾਤੀਆਂ ਲੋਕਾਂ ਨੇ ਪੁੱਲ ਦੇ ਉੱਤੇ, ਆਵੇ ਜਾਵੇ ਇੱਧਰੀ ਸਾਈਡ ਆ ਸਾਰੀਆਂ ਲਾਤੀਆਂ, ਪਰ ਇਹ ਹਨਾ ਸਹੀ ਨਹੀਂ, ਜਗ੍ਹਾ ਰੁਕ ਜਾਂਦੀ। ਕਿੱਥੋਂ ਤੱਕ ਲੱਗੀ ਪਾਰਕਿੰਗ ਵੀ ਉਗਾਂ ਤੱਕ, ਉਗਾਂ ਤੱਕ ਗੱਡੀਆਂ ਲੱਗੀਆਂ, ਅੱਗੇ ਤੱਕ ਬਹੁਤ ਕਿੰਨੀ ਗਾਂ ਲੱਗੀਆਂ, ਉਹ ਉੱਥੇ ਜਾ ਕੇ ਤੱਕ ਲਾਈਆਂ, ਇੱਕ ਲਾਉਂਦਾ ਵੇਖੋ ਵੇਖੀ ਸਾਰੇ ਲਾਈ ਜਾਂਦੇ, ਇਹ ਘੱਟੋ ਘੱਟ ਇਹ ਜ਼ਿਆਦਾ ਨਹੀਂ ਦਿੱਤੀਆਂ ਲੰਮੀਆਂ, ਇਹ ਗੱਡੀਆਂ ਬੁਲਾ ਲੈਂਦੇ ਲੋਕੀ ਪਾਰਕਿੰਗ, ਕਿਉਂਕਿ ਜਗ੍ਹਾ ਨਹੀਂ ਨਾ ਗਈ ਪਾਰਕਿੰਗ। ਅੱਜ ਧੁੱਪ ਵੀ ਨਹੀਂ ਲੱਗੀ ਹਨਾ, ਬੱਦਲ ਬਹੁਤ ਰਿਹਾ ਅੱਜ, ਬਾਰਿਸ਼ ਪਈ ਸੀ ਸਵੇਰੇ 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 ਬਾਰਿਸ਼ ਪਈ, ਅਤੇ ਬਸ ਪਹੁੰਚਣੀ ਹੈ ਆਪਾਂ ਹੋਸਪਿਟਲ, ਫਿਰ ਮਿਲਦੇ ਤੁਹਾਨੂੰ ਹੋਸਪਿਟਲ ਜਾ ਕੇ। ਪਹੁੰਚ ਗਏ ਹੋਸਪਿਟਲ, ਮੈਡੀਸਨ ਲੈ ਲਈਏ ਹੁਣ ਆਪਾਂ ਚੱਲ ਪਏ ਹਾਂ, ਚੱਲੀ ਵਾਪਸ ਘਰ ਨੂੰ, ਡਰੈਸ ਤੁਹਾਨੂੰ ਦੱਸਾਂਗੇ ਲਾਸਟ ਦੇ ਵਿੱਚ
ਮੇਰੀਆਂ ਭੈਣਾਂ ਕੇ ਡਰੈਸ ਪੁੱਛਦੀਆਂ ਸੀ ਅਤੇ ਆਪਾਂ ਤੁਹਾਨੂੰ ਦੱਸਾਂਗੇ ਜ਼ਰੂਰ ਕਿੱਥੋਂ ਮੈਡੀਸਨ ਟ੍ਰੀਟਮੈਂਟ ਕਰਾ ਰਹੇ ਹਾਂ ਕਰਨ ਦਾ, ਅਤੇ ਉਸ ਹਿਸਾਬ ਨਾਲ ਤੁਹਾਨੂੰ ਇਹ ਬਟਾਲੇ ਦੇ ਵਿੱਚ ਇਹ ਹੋਸਪਿਟਲ ਅਤੇ ਬਾਕੀ ਤੁਹਾਨੂੰ ਮੈਂ ਕਾਰਡ ਵੀ ਉੱਥੇ ਨੰਬਰ ਵਗੈਰਾ ਲਿਖਿਆ ਵਾ। ਫੋਨ ਕਰਨ ਦਾ ਟਾਈਮ ਮਤਲਬ ਕਿ ਰਾਤ 9 ਵਜੇ ਤੋਂ ਪਹਿਲਾਂ ਅਤੇ ਸਵੇਰੇ 10 ਵਜੇ ਤੋਂ ਬਾਅਦ ਫਿਰ ਤੇ ਫੋਨ ਕਰ ਸਕਦਾ ਜੀ। ਠੀਕ ਜੀ। ਸਾਡੀ ਬਿੱਲੀ ਉੱਧਰ ਘੈਂਟ ਆ, ਉਹ ਵੇਖੋ ਚੱਲ ਗਈ। ਕਿਹੜੀ ਘੈਂਟ? ਉਹਦੇ ਮਗਰ ਸੁੱਟੀ ਹੈ ਕਿਹਨੇ ਬਿੱਲੀ? ਇੱਥੇ ਡੈਸ਼ਬੋਰਡ 'ਤੇ ਬਿੱਲੀ ਰੱਖੀ ਹੁੰਦੀ ਹੈ ਨਾ, ਅਤੇ ਉਹ ਲੱਗਦਾ ਕਿ ਇਹਨੇ ਮਾਮੂਲੀ ਛੱਡੀ। ਚੱਲੀਏ ਫਿਰ। ਚਲੋ ਜੀ, ਇਹ ਹੋਸਪਿਟਲ ਪੈਂਦਾ ਵਾ, ਤੁਹਾਨੂੰ ਦੱਸਿਆ ਵਾ ਕਿ ਜੇ ਕਿਸੇ ਨੇ ਬਟਾਲੇ ਤੋਂ ਆਉਣਾ ਫਿਰ ਤਾਂ ਉਹਨੂੰ ਪਤਾ ਛੇਤੀ ਲੱਗ ਜਾਣਾ ਵਾ, ਅਤੇ ਜੇ ਕਿਸੇ ਨੇ ਦੂਰੋਂ ਆਉਣਾ ਵਾ ਤਾਂ ਫਿਰ ਬੱਸ ਸਟੈਂਡ ਉੱਤਰ ਕੇ ਅਤੇ ਮਤਲਬ ਡੇਰਾ ਰੋਡ 'ਤੇ ਜਾਣਾ ਵਾ। ਡੇਰਾ ਰੋਡ 'ਤੇ ਆਟੋ ਵਾਲੇ ਨੂੰ ਕਹਿ ਦਿਓ ਜਾਂ ਬੈਟਰੀ ਵਾਲੇ ਨੂੰ ਕਹਿ ਦਿਓ ਵਗੈਰਾ ਕਰਕੇ, ਅਤੇ ਤੁਸੀਂ ਆ ਸਕਦੇ ਜੇ ਡੇਰਾ ਰੋਡ 'ਤੇ। ਡੇਰਾ ਰੋਡ ਤੋਂ ਬਸ 2 ਕਿਲੋਮੀਟਰ ਹੈਗਾ ਵਾ, ਪੁੱਲ ਚੜ੍ਹ ਕੇ ਅਤੇ ਪੁੱਲ ਉਤਰਨਾ ਵਾ, ਅਤੇ ਥੋੜ੍ਹਾ ਕੁ ਜਾਣਾ ਅੱਗੇ ਅਤੇ ਫਿਰ ਨਾਲ ਹੀ ਹੋਸਪਿਟਲ ਵਾ। ਬੱਸ ਸਟੈਂਡ ਵੱਲੋਂ ਆਉਂਦੇ ਆ ਸਾਈਡ ਖੱਬੇ ਹੱਥ ਵਾ ਹੋਸਪਿਟਲ ਏ, ਅਤੇ ਮੈਂ ਕਾਰਡ ਗਰੁੱਪ ਵਗੈਰਾ ਉਹਨਾਂ ਦਾ ਨੰਬਰ ਮੈਂਸ਼ਨ ਕਰ ਦਾਂਗਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਉਹਨਾਂ ਦੀ ਟਾਈਮਿੰਗ ਵਾ, ਮਤਲਬ ਕਿ ਸਵੇਰੇ 10 ਵਜੇ ਤੋਂ ਬਾਅਦ ਫੋਨ ਕਰਿਓ ਅਤੇ ਰਾਤ 9 ਵਜੇ ਤੋਂ ਪਹਿਲਾਂ ਜੇ ਕਿਸੇ ਨੇ ਫੋਨ ਕਰਨਾ ਵਾ। ਠੀਕ ਜੀ ਨਾ, ਅਤੇ ਬਾਕੀ ਕਰਨ ਤੁਹਾਨੂੰ ਵਿਸਤਾਰ ਨਾਲ ਦੱਸ ਦੂੰਗਾ। ਅਸੀਂ ਹੁਣ ਜਾ ਰਹੇ ਹਾਂ ਖਾਣ ਸਮੋਸੇ, ਅਤੇ ਸਮੋਸਿਆਂ ਵਾਲਾ ਲੱਭਣ ਡੇ ਭਾਈ। ਪਹਿਲਾਂ ਕਦੀ ਇਰਾਦਾ ਸੀ ਕਿ ਉਹ ਟਿੱਕੀਆਂ ਖਾ ਲਈਏ, ਹੁਣ ਟਿੱਕੀਆਂ ਕਰਤੀਆਂ ਕੈਂਸਲ, ਅਜੇ ਸਮੋਸਿਆਂ ਦਾ ਵੀ ਨਹੀਂ ਪੱਕਾ ਪਤਾ। ਵੇਖ ਲਓ, ਤੁਹਾਡਾ ਕਹਿਣਾ ਵੀ ਨਹੀਂ ਮੰਨਦੀ ਕਿ ਫਾਸਟ ਫੂਡ ਨਹੀਂ ਖਾਣਾ ਚਾਹੀਦਾ, ਧਿਆਨ ਨਾਲ ਵਰਨਾ। ਪਰ ਕਿਸੇ ਵੇਲੇ ਦਿਲ ਕਰਦਾ ਹੋਣਾ, ਇਹ ਥੋੜ੍ਹਾ ਉੱਕਾ ਹੀ ਨਹੀਂ ਖਾਣਾ, ਖਾਣਾ ਚਾਹੀਦਾ ਕਿਸੇ ਟਾਈਮ। ਉਧਰੋਂ ਦਵਾਈ ਵੀ ਚੱਲਣ ਡਈ ਆ, ਤੇ ਉਧਰੋਂ 2 ਮਹੀਨੇ ਬਾਅਦ ਕਿਤੇ ਖਾ ਹੀ ਲਈ ਦੀ ਜੀ, ਜ਼ਿਆਦਾ ਨਹੀਂ ਮੈਂ ਵੈਸੇ ਖਾਂਦੀ। ਸਿਨਮਾ ਰੋਡ ਦੇ ਲਾਗੇ ਧਰਮਪਾਲ ਸਮੋਸਿਆਂ ਵਾਲਾ, ਤੇ ਸਮੋਸੇ ਲਏ ਨੇ, ਇੱਧਰ ਸਮੋਸੇ ਪਹੁੰਚ ਚੁੱਕੇ। ਵੇਖੋ, ਇਹ ਧਰਮੇ ਦੇ ਸਮੋਸੇ ਬੜੇ ਮਸ਼ਹੂਰ ਆ, ਖਾਓ ਤੁਸੀਂ ਸਮੋਸੇ ਖਾਣੇ। ਜਾ ਰਿਹਾ ਹੁਣ ਘਰ ਵਾਪਸ, ਮੈਡੀਸਨ ਵਗੈਰਾ ਲੈ ਲਈ ਹੈ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿਵੇਂ ਸਾਰੇ ਠੀਕ ਠਾਕ ਹੈ? ਕਾਫੀ ਟਾਈਮ ਤੋਂ ਤੁਹਾਡੇ ਕਮੈਂਟ ਆ ਰਹੇ ਸੀ, ਉਹਨਾਂ ਦਾ ਰਿਪਲਾਈ ਨਹੀਂ ਹੋ ਸਕਿਆ, ਉਹਦੇ ਲਈ ਸੋਰੀ ਜੀ। ਕਈ ਮੇਰੀਆਂ ਭੈਣਾਂ ਪੁੱਛਦੀਆਂ ਸੀ ਕਿ ਤੁਸੀਂ ਦੀਦੀ ਕਿੱਥੋਂ ਟ੍ਰੀਟਮੈਂਟ ਕਰਾਏ, ਕਿੱਥੋਂ ਤੁਹਾਡੀ ਮੈਡੀਸਨ ਚੱਲਦੀ ਪਈ ਆ ਬੇਬੀ ਲਈ? ਅਤੇ ਮੈਡੀਸਨ ਤਾਂ ਕਾਫੀ ਜਗ੍ਹਾ ਤੋਂ ਵੈਸੇ ਮੈਂ ਖਾਧੀਆਂ, ਅੰਮ੍ਰਿਤਸਰ ਬਟਾਲੇ ਬਹੁਤ ਹੋਸਪਿਟਲ ਹੈਗੇ ਨੇ, ਉੱਥੋਂ ਵੀ ਖਾਧੀ, ਅਤੇ ਇੱਕ ਲਾਸਟ ਹੋਸਪਿਟਲ ਬਟਾਲਾ ਹੋਸਪਿਟਲ, ਅਤੇ ਉੱਥੋਂ ਹੁਣ ਇਸ ਟਾਈਮ ਚੱਲਦੀ ਪਈ ਮੇਰੀ ਦਵਾਈ। ਅਤੇ ਹਾਂਜੀ, ਜੇ ਤੁਸੀਂ ਬਟਾਲੇ ਆਉਣਾ ਚਾਹੁੰਦੇ ਹੋ ਅਤੇ ਜਿੱਥੋਂ ਮੈਡੀਸਨ ਚੱਲਦੀ ਪਈ ਆ ਉਹਨਾਂ ਦਾ ਕਾਰਡ ਮੈਂ ਤੁਹਾਨੂੰ ਮੈਨਸ਼ਨ ਕਰ ਦਾਂਗੀ, ਅਤੇ ਉਸ ਨੰਬਰ 'ਤੇ ਕੰਟੈਕਟ ਕਰਕੇ ਅਤੇ ਤੁਸੀਂ ਆ ਸਕਦੇ ਹੋ। ਆਹ ਵੇਖੋ ਜੀ, ਆਹ ਉਹਨਾਂ ਦਾ ਕਾਰਡ ਆ, ਉੱਤੇ ਨੰਬਰ ਵੀ ਲਿਖੇ ਹੋਏ ਆ, ਉੱਤੇ ਨੰਬਰ ਵੀ ਦਿੱਤੇ ਹੋਏ, ਅਡਰੈਸ ਵੀ ਪ੍ਰੋਪਰ ਦਿੱਤਾ ਹੋਇਆ। ਠੀਕ ਜੀ, ਅਤੇ ਤੁਸੀਂ ਫੋਨ ਲਾ ਕੇ ਗੱਲਬਾਤ ਵੀ ਕਰ ਸਕਦੇ ਜੇ, ਅਤੇ ਜਾ ਵੀ ਸਕਦੇ ਜੇ, ਬਟਾਲੇ 'ਚ ਪੈਂਦਾ ਹੋਸਪਿਟਲ ਹੈ। ਅਤੇ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਕਿ ਰਾਤ 9 ਵਜੇ ਤੋਂ ਪਹਿਲਾਂ ਅਤੇ ਸਵੇਰੇ 10 ਵਜੇ ਤੋਂ ਬਾਅਦ ਫੋਨ ਕਰਿਓ। ਠੀਕ ਜੀ। ਹਾਂਜੀ, ਇਹ ਸੀ ਉਹਨਾਂ ਦਾ ਕਾਰਡ ਜੋ ਤੁਹਾਨੂੰ ਮਤਲਬ ਮੈਨਸ਼ਨ ਕੀਤਾ ਹੋਇਆ, ਅਤੇ ਕਿਰਨ ਨੇ ਜੋ ਤੁਹਾਨੂੰ ਦੱਸਿਆ ਵਾ ਕਿ ਜੇ ਕਿਸੇ ਨੇ ਮਤਲਬ ਇਹ ਵਾ ਕਿ ਸਾਡੇ ਕਮੈਂਟ ਕਾਫੀ ਟਾਈਮ ਦੇ ਆ ਰਹੇ ਸੀ, ਅਤੇ ਮਤਲਬ ਕਈ ਭੈਣਾਂ ਵਗੈਰਾ ਉਹਨੂੰ ਪੁੱਛਦੀਆਂ ਪਈਆਂ ਸੀ ਕਿੱਥੋਂ ਤੁਸੀਂ ਟ੍ਰੀਟਮੈਂਟ ਕਰਾ ਰਹੇ ਹੋ, ਕਿੱਥੋਂ ਵਗੈਰਾ ਮੈਡੀਸਨ ਤੁਹਾਡੀ ਚੱਲਦੀ ਪਈ ਆ, ਅਤੇ ਉਹ ਚੱਕਰ ਦੇ ਵਿੱਚ ਆਪਾਂ ਫਿਰ ਆ ਕਾਰਡ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਵਾ।
ਉੱਥੇ ਨੰਬਰ ਵੀ ਆ ਰਿਹਾ ਵਾ ਅਤੇ ਅੱਗੇ ਤੁਹਾਨੂੰ ਦੱਸਿਆ ਵਾ ਕਿ ਉਹ ਨੰਬਰ 9 ਵਜੇ ਤੋਂ ਰਾਤ 9 ਵਜੇ ਤੋਂ ਬਾਅਦ ਨਹੀਂ ਕਰਨਾ ਫੋਨ ਉਹਨਾਂ ਨੂੰ, 9 ਵਜੇ ਤੋਂ ਪਹਿਲਾਂ ਅਤੇ ਸਵੇਰੇ 10 ਵਜੇ ਤੋਂ ਬਾਅਦ ਫੋਨ ਕਾਲ ਕਰ ਸਕਦੇ ਤੁਸੀਂ ਉਹਨਾਂ ਨੂੰ ਕਿ ਬਟਾਲੇ ਦੇ ਵਿੱਚ ਬਟਾਲਾ ਹੋਸਪਿਟਲ ਆ, ਉੱਥੇ ਜਾ ਕੇ ਤੁਸੀਂ ਮਤਲਬ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦਿੱਤਾ ਮੈਂਸ਼ਨ ਕੀਤਾ ਹੋਇਆ ਵਾ, ਬਹੁਤ ਹੀ ਵਧੀਆ ਡਾਕਟਰ ਨੇ ਅਤੇ ਬਹੁਤ ਹੀ ਵਧੀਆ ਸੁਭਾਅ ਨੇ, ਗੱਲਬਾਤ ਚੰਗੀ ਤਰ੍ਹਾਂ ਸੁਣਦੇ ਨੇ ਕਰਦੇ ਨੇ, ਆਪਣੇ ਡਾਕੂਮੈਂਟ ਵਗੈਰਾ ਸਾਰੇ ਲੈ ਕੇ ਆਇਓ ਜਿਹਨੂੰ ਕਿਸੇ ਦੂਰੋਂ ਆਉਣਾ ਵਾ, ਠੀਕ ਹੈ, ਬਟਾਲੇ ਆਣ ਕੇ ਬੱਸ ਸਟੈਂਡ ਵਗੈਰਾ ਆਣ ਕੇ, ਬੱਸ ਸਟੈਂਡ ਆਣ ਕੇ ਅਤੇ ਉੱਥੋਂ ਥੋੜ੍ਹਾ ਹੀ ਦੂਰ ਹੈ, 1-2 ਕਿਲੋਮੀਟਰ ਹੈਗਾ ਵਾ, ਅਤੇ ਬਟਾਲਾ ਹੋਸਪਿਟਲ ਡੇਰਾ ਰੋਡ 'ਤੇ ਹੋਸਪਿਟਲ ਪੈਂਦਾ ਡੇਰਾ ਰੋਡ 'ਤੇ, ਇਹ ਫਿਰ ਮੈਂ ਦੁਬਾਰਾ ਦੱਸਦਾ ਡੇਰਾ ਰੋਡ 'ਤੇ ਬਟਾਲਾ ਹੋਸਪਿਟਲ ਆ, ਅਤੇ ਇੱਕ ਵਾਰੀ ਜ਼ਰੂਰ ਜਾਇਓ, ਜਿਹੜੇ ਸਾਡੀਆਂ ਭੈਣਾਂ ਜਿਹਨਾਂ ਨੇ ਮੰਨ ਲਓ ਸਾਨੂੰ ਮੈਸੇਜ ਵੀ ਕਰਦੇ ਆ, ਕਾਫੀ ਕਮੈਂਟ ਵੀ ਆ ਰਹੇ ਸਾਨੂੰ ਇੰਸਟਾਗ੍ਰਾਮ 'ਤੇ ਵੀ ਆ ਰਹੇ ਆ ਅਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਕਿਸੇ ਦਾ ਭਲਾ ਹੋ ਜਾਵੇ ਵੀ, ਅਤੇ ਕਈ ਭੈਣਾਂ ਪੁੱਛਦੀਆਂ ਚਲੋ ਦੱਸ ਦਿੰਦੇ ਹਾਂ, ਬਿਲਕੁਲ ਬਿਲਕੁਲ, ਤਾਂ ਇਸੇ ਚੱਕਰ 'ਚ ਆਪਾਂ ਇਹ ਵੀਡੀਓ ਬਣਾਈ ਹਾਂ ਕਿ ਚਲੋ ਕਿਸੇ ਦਾ ਭਲਾ ਹੋ ਚੁੱਕਿਆ, ਜੇ ਵਲੋਗ ਵਧੀਆ ਲੱਗਾ ਅਤੇ ਇੱਕ ਜ਼ਰੂਰ ਸਾਡੀ ਰਾਏ, ਚਲੋ ਅਸੀਂ ਆਪਣੇ ਹਿਸਾਬ ਨਾਲ ਰਾਏ ਦਿੱਤੀ ਆ, ਜੇ ਕਿਸੇ ਨੂੰ ਚੰਗੀ ਲੱਗੇ ਤਾਂ ਜ਼ਰੂਰ ਇੱਕ ਵਾਰੀ ਵਿਜਿਟ ਕਰਿਓ, ਥੈਂਕ ਯੂ, ਬਾਕੀ ਇੱਕ ਮਸਤ ਰਿਹਾ ਕਰੋ, ਮਾੜੇ ਚੰਗੇ ਕਮੈਂਟ ਤਾਂ ਲੋਕਾਂ ਨੇ ਕਰਦੇ ਰਹਿਣਾ, ਕੋਈ ਗੱਲ ਨਹੀਂ, ਆਪਣੀ ਜ਼ਿੰਦਗੀ ਜਿਵੇਂ ਇੰਜੋਇਮੈਂਟ ਕਰਨੀ ਕਰੀ ਜਾਣੀ ਚਾਹੀਦੀ ਹੈ, ਕੱਲ੍ਹ ਤਾਂ ਆਪਾਂ 1-2 ਸ਼ੋਰਟ ਮੂਵੀ ਕੱਲ੍ਹ ਵੀ ਕੀਤੀ, ਪਰਸੋਂ ਵੀ ਕੀਤੀ, ਕਈਆਂ ਨੇ ਬੈਡ ਕਮੈਂਟ ਵੀ ਕੀਤੇ, ਚਲੋ ਕੋਈ ਗੱਲ ਨਹੀਂ, ਉਹ ਸਿਰ ਮੱਥੇ, ਅਤੇ ਬਾਕੀ ਤਾਂ ਚਲੋ ਅਸੀਂ ਜਿੰਨੇ ਜੋਗੇ ਹੈ ਮਾੜਾ ਮੋਟਾ ਅਸੀਂ ਆਪਣਾ ਕੰਮ ਕਰਦੇ ਰਹਿਣਾ, ਜਿੰਨੇ ਪਿਆਰ ਕਰਨ ਵਾਲੇ ਬਹੁਤ ਵਾ, ਅਤੇ ਕੁਛ ਹੁੰਦੇ ਨੇ ਬੰਦੇ ਜਿਨ੍ਹਾਂ ਦਾ ਕੰਮ ਭੌਂਕਣਾ ਹੁੰਦਾ, ਉਹਨਾਂ ਨੇ ਭੌਂਕੀ ਜਾਣਾ ਵਾ, ਕੋਈ ਗੱਲ ਨਹੀਂ, ਆਪਾਂ ਨੂੰ ਉਹਨਾਂ ਦੀ ਪਰਵਾਹ ਨਹੀਂ ਹੈਗੀ, ਕੋਈ ਗੱਲ ਨਹੀਂ, ਅਤੇ ਜਿਹਦੇ ਵਾਸਤੇ ਰਹਿਣਾ ਸਾਨੂੰ ਪਿਆਰ ਬੋਲਣ ਦੀ ਆਦਤ ਹੁੰਦੀ ਹੈ ਅਤੇ ਉਹਨਾਂ ਨੇ ਬੋਲੀ ਜਾਣਾ, ਅਤੇ ਜਿਹੜੇ ਬੋਲਦੇ ਉਹ ਨਾਂ ਦੇਖਿਆ ਕਰੋ ਬਲੋਗ ਸਾਡੇ, ਬਿਲਕੁਲ ਬਿਲਕੁਲ, ਜਿੰਨਾ ਭੌਂਕਣਾ ਉਹਨੇ ਵੇਖਣਾ ਵੀ ਆ, ਪਰ ਇਹ ਵਾ ਕਿ ਜਿਹਦੇ ਵਸਦੇ ਰਹਿਣ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਜੀ, ਚੜ੍ਹਦੀਆਂ ਗੱਲਾਂ 'ਚ ਰੱਖੇ ਪਰਮਾਤਮਾ ਸਭ ਨੂੰ, ਸਭ ਦੇ ਕਾਰੋਬਾਰ 'ਚ ਤਰੱਕੀਆਂ ਬਖਸ਼ੇ, ਅਤੇ ਮਿਲਦੇ ਹਾਂ ਫਿਰ ਨੈਕਸਟ ਵਲੋਗ 'ਚ, ਬਾਏ, ਜੁੜੇ ਰਿਹਾ ਫਿਰ, ਗੁੱਡ ਨਾਈਟ।